ਆਪਣੀ ਆਤਮਾ ਵੇਖੋ, ਤੁਸੀਂ ਉਹਦੀ ਜੁੱਤੀ ਦੇ ਬਰਾਬਰ ਨਹੀਂ ਹੈਗੇ ਉਸ ਪਵਿੱਤਰ ਇਨਸਾਨ ਤੋਂ। ਆਇਆ ਗਿਆ ਮੂੰਹ ਚੱਕ ਕੇ ਉਹਨਾਂ ਬਾਰੇ ਗੱਲਾਂ ਕਰਨ ਲੱਗ ਜਾਂਦਾ, ਤੁਹਾਡੇ ਅੰਦਰ ਅਸੈਂਸ ਨਾਮ ਦੀ ਅਕਲ ਨਾਮ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਤੁਹਾਡੇ 'ਚ। ਕਦੋਂ ਦੇਖਿਆ ਸੀ ਕਿ ਕ੍ਰਿਸ਼ਚਨ ਭਾਈਚਾਰਾ ਸਿੱਖ ਬੰਦੇ ਦੇ ਖਿਲਾਫ ਜਾ ਰਿਹਾ, ਕਦੋਂ ਤੁਸੀਂ ਦੇਖਿਆ ਕਿ ਈਸਾਈ ਭਾਈਚਾਰਾ ਜਿਹੜਾ ਹਿੰਦੂਆਂ ਦੇ ਖਿਲਾਫ ਗੱਲ ਕਰ ਰਿਹਾ, ਮੁਸਲਮਾਨਾਂ ਦੇ ਖਿਲਾਫ ਗੱਲ ਕਰ ਰਿਹਾ। ਹੀ ਇਜ਼ ਅ ਲਾਇਨ, ਸ਼ੇਰ ਆ ਉਹ, ਸ਼ੇਰ ਕ੍ਰਿਸ਼ਚਨ ਭਾਈਚਾਰੇ ਦੇ ਹੱਕ 'ਚ ਖੜਾ ਹੋ, ਆਪਣਾ ਪਰਿਵਾਰ ਨਹੀਂ ਦੇਖਦੇ, ਆਪਣੇ ਬੀਵੀ ਬੱਚੇ ਨਹੀਂ ਦੇਖਦੇ, ਪਰ ਜਿੱਥੇ ਮਸੀਹ ਕੌਮ ਦੀ ਗੱਲ ਆਉਂਦੀ ਹੈ ਦਿਨ ਰਾਤ ਉੱਥੇ ਖੜੇ ਹੋ ਜਾਂਦੇ ਨੇ। ਰਾਤ ਦੇ 3 ਵਜੇ ਹੋਣ, ਰਾਤ ਦੇ 2 ਵਜੇ ਹੋਣ, ਮਨੇਰ ਦੇ 4-5 ਵਜੇ ਹੋਣ, ਚਾਹੇ ਨੀਂਦ ਅੱਖਾਂ ਦੇ ਵਿੱਚ ਹੋਵੇ, ਫਿਰ ਵੀ ਉਹ ਅੱਖਾਂ ਖੋਲ੍ਹ ਕੇ ਪਾਣੀ ਛਿੱਟਾਂ ਦੀ ਮਾਰ ਮਾਰ ਕੇ ਫਿਰ ਵੀ ਮਸੀਹ ਕੌਮ ਦੇ ਵਾਸਤੇ ਰਾਤ ਦਿਨ ਖੜੇ ਨੇ। ਅਤੇ ਜਿਹੜਾ ਮਰਜ਼ੀ ਚਾਚਾ ਮਾਮਾ ਤਾਇਆ ਬਣਾ ਲਓ, ਕੋਈ ਤੁਹਾਨੂੰ ਉਹਦੇ ਡੰਗ ਤੋਂ ਬਚਾ ਨਹੀਂ ਸਕਦਾ, ਕੋਈ ਉਹਦੇ ਕ੍ਰੋਧ ਤੋਂ ਤੁਹਾਨੂੰ ਬਚਾ ਨਹੀਂ ਸਕਦਾ, ਪਰ ਉਹਦਾ ਕ੍ਰੋਧ ਪਲ ਭਰਦਾ। ਪਰ ਤੁਹਾਡੇ ਵਰਗਿਆਂ ਲਈ ਨਾ ਉਹ ਰਾਤੋਂ ਰਾਤ ਤੁਹਾਡੇ ਨੇਰੀਆਂ ਲਿਆ ਸਕਦਾ। ਕ੍ਰਿਸ਼ਚਨ ਭਾਈਚਾਰਾ ਹਮੇਸ਼ਾ ਪਿਆਰ ਦਾ ਸੰਦੇਸ਼ ਦੇਣ ਵਾਲਾ ਭਾਈਚਾਰਾ, ਦੁਖੀਆਂ ਨੂੰ ਗਲ ਨਾਲ ਲਾਉਣ ਵਾਲਾ। ਹੋਰ ਵੀ ਸਾਡੇ ਹਿੰਦੂ ਸਿੱਖ ਭੈਣ ਭਰਾ ਹੈਗੇ ਨੇ, ਬਹੁਤ ਇੱਜ਼ਤ ਕਰਦੇ ਨੇ, ਕਾਫੀ ਸਤਿਕਾਰ ਕਰਦੇ ਨੇ, ਕਾਫੀ ਇੱਜ਼ਤ ਕਰਦੇ ਨੇ, ਪਰ ਤੁਸੀਂ ਵੱਖਰੇ ਹੀ ਹੋ, ਤੁਸੀਂ ਉਹਨਾਂ 'ਚ ਨਹੀਂ ਲੱਗਦੇ ਮੈਨੂੰ। ਤੁਸੀਂ ਇਹ ਐਸੇ ਲੋਕ ਤਾਂ ਹੁੰਦੇ ਨੇ ਜਿਹੜੇ ਉਹ ਨਾਲੀ 'ਚ ਉੱਠ ਕੇ ਆ ਜਾਂਦੇ ਨੇ। ਹਾਲੇਲੂਇਆ, ਸਾਰਿਆਂ ਨੂੰ ਜੈ ਮਸੀਹ ਦੀ। ਆਸ਼ਾ ਕਰਦਾ ਤੁਸੀਂ ਸਾਰੇ ਸਹੀ ਹੋਵੋਗੇ, ਵਿਸ਼ਵਾਸ ਕਰਦਾ ਹਾਂ ਤੁਸੀਂ ਸਭ ਬਲੈਸਡ ਹੋਵੋਗੇ ਪਰਮੇਸ਼ੁਰ ਮਸੀਹ ਦੇ ਸਾਮਰਥਿਅ ਔਰ ਪਵਿੱਤਰ ਨਾਮ ਦੇ ਵਿੱਚ। ਤੁਸੀਂ ਸਭ ਬਲੈਸਡ ਹੋ ਖੁਦਾ ਯਿਸੂ ਦੇ ਨਾਮ 'ਚ। ਓਕੇ, ਆਮੇਨ। ਸੋ ਅੱਜ ਕੱਲ੍ਹ ਇੱਕ ਬੜੀ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜਾ ਬਾਬਾ ਗੁਰਪ੍ਰੀਤ ਅਤੇ ਵਨੀਤ ਕੌਰ ਨਾਮ ਦੀ ਜਿਹੜੀ ਔਰਤ ਹੈ। ਸੋ ਇਹ ਜਿਹੜੇ ਸ਼ਰਾਰਤੀ ਆਂਸਰ ਜਿਹੜੇ ਹੁੰਦੇ ਨੇ, ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਮਸੀਹ ਲੋਕਾਂ 'ਚ ਔਰ ਹੋਰ ਵੀ ਵੱਖ ਵੱਖ ਲੋਕਾਂ ਦੇ ਵਿੱਚ, ਜਿਹੜੇ ਕਲੇਸ਼ ਅਤੇ ਲੜਾਈਆਂ ਨੂੰ ਪੈਦਾ ਕਰਨ ਵਾਲੇ ਲੋਕ ਨੇ, ਕ੍ਰਿਸ਼ਚਨ ਜਿਹੜੇ ਲੋਕ ਨੇ ਉਹ ਕਿਸੇ ਦੇ ਖਿਲਾਫ ਨਹੀਂ ਹੈਗੇ, ਕਿਸੇ ਦੇ ਵਾਸਤੇ ਭੈੜੀ ਸ਼ਬਦਾਂਜਲੀ ਨਹੀਂ ਵਰਤਦੇ। ਕ੍ਰਿਸ਼ਚਨ ਭਾਈਚਾਰਾ ਹਮੇਸ਼ਾ ਪਿਆਰ ਕਰਨ ਵਾਲਾ, ਕਿਉਂਕਿ ਬਾਈਬਲ ਉਹਨਾਂ ਦੇ ਵਿਵੇਕ ਨੂੰ ਇਸੇ ਰੀਤੀ ਨਾਲ ਸੈੱਟ ਕਰਕੇ ਰੱਖਦੀ ਕਿ ਤੁਹਾਡੀਆਂ ਤਲਵਾਰਾਂ ਜਿਹੜੀਆਂ ਨੇ ਜਾਣ ਲੈਂਦੀਆਂ ਨੇ, ਪਰ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਤਲਵਾਰ ਹੈ, ਜਿਹੜਾ ਖੁਦਾ ਦਾ ਪਾਕ ਕਲਾਮ, ਜਿਹੜਾ ਉਹਦਾ ਪਵਿੱਤਰ ਵਚਨ ਹੈ, ਉਹ ਜ਼ਿੰਦਗੀਆਂ ਦੇਣ ਵਾਲਾ। ਆਇਆ ਗਿਆ ਮੂੰਹ ਚੱਕ ਕੇ ਜਿਹੜੀਆਂ ਗੱਲਾਂ ਕਰਦੇ ਨੇ ਖੁਦਾ ਦੇ ਲੋਕਾਂ ਦੇ ਖਿਲਾਫ, ਖਾਸ ਕਰਕੇ ਸਾਡੇ ਆਤਮਿਕ ਪਿਤਾ ਆਦਰਨੀਏ ਪ੍ਰੇਰਿਤ ਅੰਕੁਰ ਯੂਸਫ ਨਰੁੱਲਾ ਜੀ ਦੇ ਖਿਲਾਫ ਮੂੰਹ ਚੱਕ ਕੇ ਜਿਹੜੇ ਲੋਕ ਬਕਵਾਸ ਕਰ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਬੋਲਣ ਵਾਲੀਆਂ ਹੈਗੀਆਂ ਨੇ। ਇੱਕ ਹੁੰਦਾ ਕਿ ਹੱਦ ਹੁੰਦੀ ਕਿਸੇ ਗੱਲ ਵਾਲੀ, ਜਿਹਨੂੰ ਕਹਿੰਦੇ ਆਪਾਂ ਹੱਦ ਇੱਕ ਲਿਮਿਟ ਹੁੰਦੀ ਹੈ ਜਿਹੜੀ ਇਹ ਕ੍ਰੋਸ ਕਰ ਚੁੱਕੇ ਨੇ, ਆਪਣੀ ਆਤਮਾ ਵੇਖੋ, ਤੁਸੀਂ ਉਹਦੀ ਜੁੱਤੀ ਦੇ ਬਰਾਬਰ ਨਹੀਂ ਹੈਗੇ ਉਸ ਪਵਿੱਤਰ ਇਨਸਾਨ ਤੋਂ। ਆਇਆ ਗਿਆ ਮੂੰਹ ਚੱਕ ਕੇ ਉਹਨਾਂ ਬਾਰੇ ਗੱਲਾਂ ਕਰਨ ਲੱਗ ਜਾਂਦਾ, ਤੁਹਾਡੇ ਅੰਦਰ ਅਸੈਂਸ ਨਾਮ ਦੀ ਅਕਲ ਨਾਮ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਤੁਹਾਡੇ 'ਚ। ਕਦੋਂ ਦੇਖਿਆ ਸੀ ਕਿ ਕ੍ਰਿਸ਼ਚਨ ਭਾਈਚਾਰਾ ਸਿੱਖ ਬੰਦੇ ਦੇ ਖਿਲਾਫ ਜਾ ਰਿਹਾ, ਕਦੋਂ ਤੁਸੀਂ ਦੇਖਿਆ ਕਿ ਈਸਾਈ ਭਾਈਚਾਰਾ ਜਿਹੜਾ ਹਿੰਦੂਆਂ ਦੇ ਖਿਲਾਫ ਗੱਲ ਕਰ ਰਿਹਾ, ਮੁਸਲਮਾਨਾਂ ਦੇ ਖਿਲਾਫ ਗੱਲ ਕਰ ਰਿਹਾ, ਆਏ ਕਿਸੇ ਵੀ ਧਰਮ ਦੇ ਮਸਬ ਦੇ ਉੱਤੇ ਉਂਗਲੀਆਂ ਟਿੱਪਣੀ ਚੱਕੀ ਹੋਵੇ, ਤੁਹਾਡੇ ਦਿਮਾਗ ਇੰਨੇ ਵਿਹਲੇ ਨੇ, ਤੁਸੀਂ ਇੰਨੇ ਬੇਵਕੂਫ ਹੋ ਚੁੱਕੇ ਆਪਣੀ ਲਾਈਫ ਦੇ ਵਿੱਚ, ਤੁਹਾਨੂੰ ਇੰਨਾ ਹੀ ਪਤਾ ਨਹੀਂ ਹੈਗਾ ਕਿ ਅਸੀਂ ਕਿੱਥੇ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਹੈਗੀ। ਮੈਨੂੰ ਲੱਗਦਾ ਤੁਹਾਡੇ ਆਪ ਦੇ ਘਰਾਂ ਦੇ ਵਿੱਚ ਜਿਹੜੀਆਂ ਕਲੇਸ਼ ਪਏ ਹੁੰਦੇ ਨੇ, ਤੁਹਾਡੇ ਆਪ ਦੇ ਮਸਲੇ ਹੱਲ ਨਹੀਂ ਹੁੰਦੇ, ਤਾਂ ਤੁਸੀਂ ਬਾਹਰ ਲੜਾਈਆਂ ਮੂੰਹ ਚੱਕ ਕੇ ਲੈਣ ਨੂੰ ਫਿਰਦੇ ਹਾਂ, ਜਿੱਦਾਂ
ਅਕਲ ਨੂੰ ਹੱਥ ਪਾਓ ਥੋੜ੍ਹਾ ਜਿਹਾ, ਤੁਸੀਂ ਪ੍ਰਭੂ ਦੇ ਲੋਕਾਂ ਦੇ ਖਿਲਾਫ ਉਂਗਲੀ ਚੱਕ ਕੇ, ਤੁਹਾਨੂੰ ਨਹੀਂ ਪਤਾ ਕਿ ਜੀਵਿਤ ਦਾ ਸਾਮਰਥੀ ਪਰਮੇਸ਼ੁਰ ਤੁਹਾਡੇ ਖਿਲਾਫ ਵਿੱਚ ਕਿਵੇਂ ਖੜਾ ਹੋ ਸਕਦਾ। ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ੁਰ ਯਹੋਵਾ ਆਪਣੇ ਦਾਸਾਂ ਦੇ ਨਾਲ, ਆਪਣੇ ਵਿਸ਼ਵਾਸੀ ਲੋਕਾਂ ਦੇ ਨਾਲ, ਔਰ ਹਰ ਉਸ ਵਿਅਕਤੀ ਦੇ ਨਾਲ ਜਿਹੜਾ ਪ੍ਰਭੂ ਯਿਸੂ ਮਸੀਹ ਨਾਲ ਪਿਆਰ ਕਰਦਾ, ਜਿਹੜੇ ਉਹਦੇ ਵਚਨਾਂ ਦੇ ਉੱਤੇ ਚੱਲਦਾ। ਕ੍ਰਿਸਚਨ ਭਾਈਚਾਰਾ ਹਮੇਸ਼ਾ ਪਿਆਰ ਦਾ ਸੰਦੇਸ਼ ਦੇਣ ਵਾਲਾ ਭਾਈਚਾਰਾ, ਦੁਖੀਆਂ ਨੂੰ ਗਲ ਨਾਲ ਲਾਉਣ ਵਾਲਾ। ਹੋਰ ਵੀ ਸਾਡੇ ਹਿੰਦੂ ਸਿੱਖ ਭੈਣ ਭਰਾ ਹੈਗੇ ਨੇ, ਬਹੁਤ ਇੱਜ਼ਤ ਕਰਦੇ ਨੇ, ਕਾਫੀ ਸਤਿਕਾਰ ਕਰਦੇ ਨੇ, ਕਾਫੀ ਇੱਜ਼ਤ ਕਰਦੇ ਨੇ, ਪਰ ਤੁਸੀਂ ਵੱਖਰੇ ਹੀ ਹੋ, ਤੁਸੀਂ ਉਹਨਾਂ 'ਚ ਨਹੀਂ ਲੱਗਦੇ ਮੈਨੂੰ। ਤੁਸੀਂ ਇਹ ਐਸੇ ਲੋਕ ਤੇ ਹੁੰਦੇ ਨੇ ਜਿਹੜੇ ਉਹ ਨਾਲੀ 'ਚ ਉੱਠ ਕੇ ਆ ਜਾਂਦੇ ਨੇ ਬਕਵਾਸ ਕਰਨ। ਤੁਹਾਨੂੰ ਪਤਾ ਜੀਵਿਤ ਪਰਮੇਸ਼ੁਰ ਦੀ ਸਾਮਰਥ ਕੀ ਹੈ, ਤੁਹਾਨੂੰ ਬਾਈਬਲ ਬਾਰੇ ਨੌਲੇਜ ਹੈਗੀ, ਤੁਹਾਨੂੰ ਇੰਨਾ ਪਤਾ ਕਿ ਪਰਮੇਸ਼ੁਰ ਦਾ ਵਚਨ ਕਹਿੰਦਾ ਕੀ ਹੈ। ਕਿਸੇ ਆਤਮਿਕ ਬੰਦੇ ਖੁਦਾ ਦਾ ਜਿਹੜਾ ਬੇਟਾ ਬੇਟੀਆਂ ਹੁੰਦੇ ਨਾ, ਤੁਸੀਂ ਉਹਨਾਂ ਦੇ ਖਿਲਾਫ ਗੱਲ ਕਰਕੇ ਆਪਣੀ ਸਿੱਧੀਆਂ ਜਿਹੜੀਆਂ ਦੁਸ਼ਮਣੀਆਂ ਤੁਸੀਂ ਯਹੋਵਾ ਪਰਮੇਸ਼ੁਰ ਨਾਲ ਪਾਉਂਦੇ ਹੋ। ਬਾਈਬਲ ਦੇ ਵਿੱਚ ਲਿਖਿਆ ਕਿ ਪਲਟਾ ਲੈਣਾ ਤੇਰਾ ਕੰਮ ਨਹੀਂ, ਬਦਲਾ ਲੈਣਾ ਤੇਰਾ ਕੰਮ ਨਹੀਂ, ਮੇਰਾ ਕੰਮ ਹੈ। ਪਰਮੇਸ਼ੁਰ ਕਹਿੰਦਾ ਮੇਰਾ ਕੰਮ ਹੈ। ਕ੍ਰਿਸਚਨ ਭਾਈਚਾਰਾ ਕਦੀ ਲੜਾਈ ਦੇ ਵਾਸਤੇ ਨਹੀਂ ਖੜਾ ਹੋਇਆ। ਤੁਸੀਂ ਕ੍ਰਿਸਚਨ ਭਾਈਚਾਰੇ ਨੂੰ, ਤੁਸੀਂ ਮਸੀਹ ਲੋਕਾਂ ਨੂੰ ਜਦੋਂ ਵੇਖੋ ਮੂੰਹ ਚੱਕ ਕੇ ਤੁਸੀਂ ਟਾਰਗੇਟ ਕਰਦੇ ਰਹਿੰਦੇ ਆ, ਤੁਹਾਡੀ ਮੱਤ ਵੱਜ ਗਈ, ਤੁਹਾਨੂੰ ਅਕਲ ਨਹੀਂ ਹੈਗੀ। ਮੈਂ ਕਦੀ ਇਸ ਗੱਲ ਨੂੰ ਕਹਿਣਾ ਨਹੀਂ ਸੀ ਚਾਹੁੰਦਾ, ਪਰ ਤੁਸੀਂ ਹੱਦ ਟੱਪ ਚੁੱਕੇ ਆ। ਤੁਸੀਂ ਜਾਣਦੇ ਹੋ ਪ੍ਰੇਰਿਤ ਅੰਕੁਰ ਯੂਸਫ ਨਰੂਲਾ ਜੀ ਕਿਸ ਤਰ੍ਹਾਂ ਦੇ ਇਨਸਾਨ ਨੇ, ਕਿਸ ਤਰ੍ਹਾਂ ਦਾ ਖੁਦਾ ਦੇ ਦਾਸ ਨੇ। ਅੱਜ ਤੱਕ ਉਹ ਕਿਸੇ ਦੇ ਖਿਲਾਫ ਨਹੀਂ ਬੋਲੇ, ਅੱਜ ਤੱਕ ਕਿਸੇ ਧਰਮ ਦੇ ਖਿਲਾਫ ਨਹੀਂ ਬੋਲੇ। ਤੁਸੀਂ ਆ ਕੇ ਕਰੂਸਡ ਨਾਮ ਦੇ ਸ਼ਬਦ, ਤੁਹਾਨੂੰ ਪਤਾ ਪਤਾ ਥੋ ਹੈਗਾ, ਅਕਲ ਹੈਗੀ ਇਸ ਚੀਜ਼ ਬਾਰੇ, ਕਰੂਸਡ ਹੁੰਦਾ ਕੀ। ਕਰੂਸਡ ਨਾਮ ਦਾ ਸ਼ਬਦ ਯੁੱਧ, ਧਰਮ ਯੁੱਧ ਨਹੀਂ ਆ, ਹਰ ਯੁੱਧ ਉਹ ਨਹੀਂ ਹੁੰਦਾ। ਹੁਣ ਤੁਸੀਂ ਕਹੋਗੇ ਕਿ ਬੈਟਲ ਹਾਂਜੀ ਜੀ ਇੰਡੀਆ ਅਤੇ ਪਾਕਿਸਤਾਨ ਦੀ ਜਿਹੜੀ ਆ ਕਿ ਬੈਟਲ ਹੋਣ ਜਾ ਰਹੀ ਹੈ, ਪਰ ਕਾਹਦੀ? ਕ੍ਰਿਕਟ 'ਚ ਹੁਣ ਉੱਥੇ ਤੋਪਾਂ ਲੈ ਕੇ ਚੱਲ ਗਏ ਨੇ, ਉਹ ਤਲਵਾਰਾਂ ਲੈ ਕੇ ਚੱਲ ਗਏ ਮਿਆਨ 'ਚ। ਬੈਟਲ ਫੀਲਡ ਲੜਾਈ ਕਿਹੜੀ ਕਿਹੜੀ ਬੈਟਲ ਆ, ਕਿ ਜੰਗ ਕਿਹੜੀ ਉਹਨਾਂ ਦੀ? ਜੰਗ ਵੀ ਅਲੱਗ ਪ੍ਰਕਾਰ ਦੀਆਂ ਹੁੰਦੀਆਂ, ਇੱਕ ਧੌਣਾ ਵੱਢਣ ਵਾਲੀਆਂ ਹੁੰਦੀਆਂ, ਇੱਕ ਦੇਸ਼ ਦਰੋਹੀਆਂ ਦੀ ਲੜਾਈਆਂ ਹੁੰਦੀਆਂ, ਇੱਕ ਦੇਸ਼ ਤੋਂ ਦੇਸ਼ ਲੜਾਈ ਹੁੰਦੀ ਆ, ਦੁਸ਼ਮਣੀਆਂ ਨਾਲ ਲੜਾਈਆਂ ਹੁੰਦੀਆਂ ਨੇ। ਪਰ ਇਹ ਜਿਹੜਾ ਕਰੂਸਡ ਨਾਮ ਦਾ ਸ਼ਬਦ ਆ, ਅਕਲ ਨੂੰ ਹੱਥ ਪਾਓ ਮਾੜਾ ਜਿਹਾ। ਕਰੂਸਡ ਨਾਮ ਦਾ ਸ਼ਬਦ ਧਾਰਮਿਕ ਯੁੱਧ ਨਹੀਂ ਹੈਗਾ, ਇਹ ਯੁੱਧ ਹੈਗਾ ਆਤਮਿਕ ਯੁੱਧ, ਸ਼ੈਤਾਨ ਦੇ ਨਾਲ, ਪਾਪ ਦੇ ਨਾਲ, ਉਸ ਗੰਦਗੀ ਦੇ ਨਾਲ ਜਿਹੜੀ ਸ਼ੈਤਾਨ ਲੋਕਾਂ ਦੇ ਅੰਦਰ ਭਰ ਰਿਹਾ, ਉਹਦੇ ਨਾਲ, ਕਿਸੇ ਇਨਸਾਨ ਦੇ ਨਾਲ ਨਹੀਂ। ਬਾਈਬਲ ਦੇ ਵਿੱਚ ਲਿਖਿਆ ਤੇਰੀ ਲੜਾਈ ਕਿਸੇ ਇਨਸਾਨ, ਕਿਸੇ ਲਹੂ ਅਤੇ ਕਿਸੇ ਮਾਸ ਦੇ ਨਾਲ ਨਹੀਂ ਹੈਗੀ, ਤੇਰੀ ਲੜਾਈ ਸ਼ੈਤਾਨ ਅਤੇ ਉਹਦੀ ਤਾਕਤਾਂ ਦੇ ਨਾਲ, ਹਾਕਿਮਾਂ ਦੇ ਨਾਲ, ਵਿਰੋਧ ਦੀਆਂ ਤਾਕਤਾਂ ਦੇ ਨਾਲ। ਪਹਿਲਾਂ ਜਾ ਕੇ ਚੰਗੀ ਤਰ੍ਹਾਂ ਸਟੱਡੀ ਕਰ ਲਓ, ਐਵੇਂ ਮੂੰਹ ਚੱਕ ਕੇ ਕਿਸੇ ਬਾਰੇ ਗੱਲ ਨਹੀਂ ਕਰ ਲਈਦੀ। ਪਹਿਲਾਂ ਚੰਗੀ ਤਰ੍ਹਾਂ ਵੇਖ ਲਈਦਾ ਹੋਈਦਾ ਕਿ ਪਰਮੇਸ਼ੁਰ ਦਾ ਆਤਮਾ ਕਿਵੇਂ ਉਹਨਾਂ ਦੇ ਅੰਦਰ ਕੰਮ ਕਰ ਰਿਹਾ। ਸਾਡੇ ਸਪਿਰਚੁਅਲ ਫਾਦਰ ਦੇ ਖਿਲਾਫ ਤੁਸੀਂ ਗੱਲਾਂ ਕਰ ਰਹੇ ਹੋ, ਅਸੀਂ ਜਾਣਦੇ ਹਾਂ ਉਹ ਕੌਣ ਨੇ। ਹਾਲੇ ਮੈਂ ਬੋਰਨ ਕ੍ਰਿਸਚਨ ਹਾਂ, ਮੇਰੀ ਟੈਸਟੀਮਨੀ ਸੀਗੀ ਇਹ ਕਿ ਮੈਂ ਐਜ਼ ਅ ਬਾਲੀਵੁੱਡ ਲਾਈਨ 'ਚ ਸੀਗਾ, ਗਾਣੇ ਗਾਉਂਦਾ ਸੀਗਾ, ਕਵਾਲੀਆਂ ਗਾਉਂਦਾ ਸੀਗਾ, ਸ਼ੋਜ਼ ਲਗਾਉਂਦਾ ਸੀਗਾ, ਪਰ ਮੇਰੇ ਵਰਗੇ ਇੱਕ ਇਨਸਾਨ, ਇੱਕ ਗੰਦੇ ਪਾਪੀ ਨੂੰ ਪਰਮੇਸ਼ੁਰ ਨੇ ਚੁਣਿਆ ਆਪਣੀ ਮਹਿਮਾ ਦੇ ਵਾਸਤੇ। ਕਵਾਸ ਕਰ ਰਹੇ ਤੁਸੀਂ ਇੱਥੇ, ਦੇਖ ਤੇ ਲਓ ਮਾਸਾ ਜਿੰਨਾ ਕਿ ਤੁਸੀਂ ਹੈ ਕਿ ਕਿੱਧਰ ਕਿੱਧਰ ਹੱਥ ਪਾ ਰਹੇ ਹੋ ਤੁਸੀਂ। ਪਰਮੇਸ਼ੁਰ ਆਪਣੇ ਲੋਕਾਂ ਦੇ ਨਾਲ ਹੈ, ਤੁਹਾਡੇ ਵਰਗੇ ਇੱਕ ਨਹੀਂ ਦੋ ਨਹੀਂ 400 ਬੰਦੇ ਵੀ ਆਉਂਦੇ ਨੇ ਤਾਂ ਵੀ ਖੁਦਾ ਦੇ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ। ਤੁਸੀਂ ਆਏ ਗਏ ਸਾਡੇ ਮਸੀਹ ਭਾਈ ਭੈਣਾਂ ਦੇ ਚਪੇੜਾ ਮਾਰਨ ਲੱਗ ਜਾਂਦੇ ਹੋ, ਆਪਣੇ ਘਰ ਵੀ ਤੁਸੀਂ ਇਹੀ ਇਹੀ ਕੁਛ ਕਰਦੇ ਹੋਵੋਗੇ।
ਆਪਣੇ ਧੀ ਆਪਣੇ ਨਾਲ ਵੀ ਤੁਸੀਂ ਇੱਦਾਂ ਥੱਪੜ ਮਾਰਦੇ ਹੋਵੋਗੇ ਤਾਂ ਤੁਸੀਂ ਤੁਹਾਨੂੰ ਪਿਆਰ ਤੁਹਾਡੇ ਅੰਦਰ ਪਿਆਰ ਨਹੀਂ ਹੈਗਾ ਐਕਚੁਅਲ ਤੁਹਾਨੂੰ ਪਿਆਰ ਦਾ ਪਤਾ ਨਹੀਂ ਹੈਗਾ ਪਿਆਰ ਕੀ ਚੀਜ਼ ਹੈ ਸਮਝ ਲੱਗੀ ਪਿਆਰ ਦਾ ਤੁਹਾਨੂੰ ਨਹੀਂ ਪਤਾ ਬਾਈਬਲ ਦੱਸਦੀ ਪਿਆਰ ਪ੍ਰਭੂ ਯਿਸੂ ਮਸੀਹ ਨਾਲ ਸਾਡੇ ਨਾਲ ਐਸਾ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇੱਕ ਲੌਤਾ ਪੁੱਤਰ ਦੇ ਦਿੱਤਾ ਸਾਡੇ ਹੋਰ ਵੀ ਸਿੱਖ ਹਿੰਦੂ ਭੈਣ ਭਰਾ ਹੈਗੇ ਨੇ ਜਿਹਨਾਂ ਨਾਲ ਪੂਰਾ ਪੂਰਾ ਪਿਆਰ ਹੈ ਕੋਈ ਲੜਾਈ ਨਹੀਂ ਉਹਨਾਂ ਨਾਲ ਕੋਈ ਝਗੜਾ ਨਹੀਂ ਆਪਸੀ ਬੜੇ ਪਿਆਰ ਨਾਲ ਰਹਿੰਦੇ ਆ ਪਰ ਤੁਹਾਡੇ ਵਰਗੇ ਲੋਕ ਐਸੇ ਹੁੰਦੇ ਨੇ ਜਿਹੜੇ ਬਦਮਾਸ਼ੀਆਂ ਲੜਨ ਆ ਜਾਂਦੇ ਨੇ ਤੁਹਾਡੇ ਵਰਗੇ ਲੋਕ ਐਸੇ ਹੁੰਦੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਔਰ ਇਸ ਰੀਤੀ ਦੇ ਨਾਲ ਕਰਦੇ ਨੇ ਕਿ ਭਾਈਚਾਰੇ ਦੇ ਵਿੱਚ ਲੜਾਈਆਂ ਪੈਣ ਅਤੇ ਹਿੰਦੂ ਸਿੱਖਾਂ 'ਚ ਲੜਾਈਆਂ ਹੋਣ ਹੋਰ ਵੀ ਇਹਨਾਂ ਨਾਲ ਲੜਾਈਆਂ ਹੋਣ ਲੜਾਈਆਂ ਲੜਾਈਆਂ ਤੁਹਾਡੀ ਜ਼ਿੰਦਗੀ 'ਚ ਲੜਾਈ ਨਾਮ ਦਾ ਸ਼ਬਦ ਆ ਚੁੱਕਿਆ ਤੁਹਾਡੀ ਜ਼ਿੰਦਗੀ 'ਤੇ ਮੁਹੱਬਤ ਨਾਮ ਨਹੀਂ ਹੈਗੀ ਤੁਹਾਡੀ ਜ਼ਿੰਦਗੀ 'ਤੇ ਪਰਮੇਸ਼ੁਰ ਦਾ ਪਿਆਰ ਨਹੀਂ ਹੈਗਾ ਆ ਹੁੰਦੀ ਆ ਇਹ ਵੀ ਰੱਖੀ ਦੀ ਹੈ ਥੋੜ੍ਹਾ ਦੇਖ ਲਈਦਾ ਜਿਹੜੇ ਇਸ ਚੀਜ਼ ਦੇ ਬਾਰੇ ਨੌਲੇਜ ਨਹੀਂ ਹੈਗੀ ਉਹਦੇ ਵਾਸਤੇ ਟਿੱਪਣੀਆਂ ਨਹੀਂ ਛੇੜਦੀਆਂ ਉਹਨਾਂ ਉਹਨਾਂ ਉੱਤੇ ਟਿੱਪਣੀਆਂ ਨਹੀਂ ਕਰੀਦੀਆਂ ਕੋਈ ਗੱਲਾਂ ਬਾਤਾਂ ਨਹੀਂ ਕਰੀਦੀਆਂ ਉਹਨਾਂ ਉੱਤੇ ਤੁਸੀਂ ਬਾਹਰ ਤੋਂ ਆਏ ਤਾਂ ਕੀ ਤੁਸੀਂ ਬੜੇ ਵੱਡੇ ਬੜੇ ਵੱਡੇ ਤੁਸੀਂ ਖਾਨਦਾਨੀ ਰਾਈਜ਼ ਹੋ ਜੀ ਰਾਈਜ਼ ਹੋ ਕਿ ਤੁਹਾਨੂੰ ਸਾਰੀ ਨੌਲੇਜ ਆ ਗਈ ਹੈ ਦੁਨੀਆ ਦੀ ਅਤੇ ਬਾਕੀ ਦੇ ਬੇਵਕੂਫ ਤੁਰੇ ਫਿਰਦੇ ਨੇ ਘਮੰਡ ਜਿਹੜਾ ਨਾ ਚੰਗਾ ਨਹੀਂ ਹੁੰਦਾ ਘਮੰਡ ਚੰਗਾ ਨਹੀਂ ਹੁੰਦਾ ਮੈਂ ਕਦੀ ਇੰਨੇ ਗੁੱਸੇ 'ਚ ਆ ਕੇ ਬੋਲਿਆ ਨਹੀਂ ਆ ਪਰ ਹੱਦ ਹੁੰਦੀ ਕਿਸੇ ਚੀਜ਼ ਦੇ ਬਾਰੇ ਪ੍ਰੇਰਿਤ ਅੰਕੁਰ ਯੋਸਫ ਨੁੱਲਾ ਜੀ ਬਾਰੇ ਤੁਸੀਂ ਜਿਹੜੇ ਸਾਡੇ ਆਤਮਿਕ ਪਿਤਾ ਨੇ ਜਿਹਨਾਂ ਦੇ ਦੁਆਰਾ ਸਾਡੀ ਲਾਈਫ 'ਚ ਬਚੀਆਂ ਤੁਸੀਂ ਉਹਨਾਂ ਦੇ ਖਿਲਾਫ਼ ਆਪਣੇ ਮੂੰਹ ਨੂੰ ਉਠਾ ਕੇ ਮੂੰਹ ਚੱਕ ਚੱਕ ਕੇ ਬਕਵਾਸ ਕਰ ਰਹੇ ਹੋ ਉਹਦੇ ਬਰਾਬਰ ਵੀ ਹੈਗੇ ਹੋ ਤੁਸੀਂ ਪਤਾ ਵੀ ਹੈਗਾ ਉਸ ਸ਼ਖਸ ਵਿੱਚ ਕਿੰਨੀ ਆਤਮਾ ਖੁਦਾ ਦੀ ਕਿੰਨਾ ਮੁਹੱਬਤ ਕਰਨ ਵਾਲੇ ਸ਼ਖਸ ਨੇ ਉਹ ਕਿੰਨੇ ਪਿਆਰ ਕਰਦੇ ਨੇ ਉਹ ਪਿਆਰ ਦਾ ਸੰਦੇਸ਼ ਦਿੰਦੇ ਨੇ ਪਰਮੇਸ਼ੁਰ ਦਾ ਵਚਨ ਸੁਣਾਉਂਦੇ ਹੀ ਨਹੀਂ ਨੇ ਸਾਨੂੰ ਵਚਨ ਦੇ ਵਿੱਚ ਗਾੜਦੇ ਨੇ ਵਚਨ ਦੇ ਦੁਆਰਾ ਚਲਾਉਣਾ ਸਿਖਾਉਂਦੇ ਨੇ ਚੱਲਣਾ ਸਿਖਾਉਂਦੇ ਨੇ ਅਗਲੇ ਇਹ ਨਹੀਂ ਕਹਿੰਦੇ ਕਿ ਚਰਚ ਆ ਕੇ ਸਿਰਫ ਲੇਹਣ ਕਰਵਾਈ ਜਾਓ ਕਹਿੰਦੇ ਕਿ ਜਿਵੇਂ ਪਰਮੇਸ਼ੁਰ ਚੱਲਦੇ ਨੇ ਤੁਸੀਂ ਵੀ ਉਂਝ ਬਣੋ ਲੜਾਈਆਂ ਡਾਕੂ ਡਕੈਤੀ ਕਰਾਉਣਾ ਨਹੀਂ ਸਿਖਾਉਂਦੇ ਸਾਨੂੰ ਸਾਡੇ ਵੀ ਬਹੁਤ ਸਾਰੇ ਹਿੰਦੂ ਸਿੱਖ ਭੈਣ ਭਰਾ ਹੈਗੇ ਨੇ ਘਰ ਆਉਂਦੇ ਨੇ ਇੱਜ਼ਤ ਸਤਿਕਾਰ ਕਰਦੇ ਨੇ ਉਹਨਾਂ ਦਾ ਇੱਜ਼ਤ ਮਾਣ ਕਰੀਦੀ ਹੈ ਮਹਾਨ ਹੀ ਬੰਦੇ ਹੋ ਕੱਲ੍ਹ ਦੇ ਜੰਮੇ ਲੋਹ ਨੂੰ ਖਰਾਬ ਕਰਨ ਡੇ ਜਾਓ ਰੱਬ ਦਾ ਡਰ ਮੰਨੋ ਜਾ ਕੇ ਅਤੇ ਗੇਮਾਂ ਖੇਡਣੀਆਂ ਬੰਦ ਕਰੋ ਰੱਬ ਦਾ ਡਰ ਮੰਨੋ ਅਤੇ ਪਿਆਰ ਦਾ ਸੰਦੇਸ਼ ਦਿਓ ਚੁੱਪ ਕਰਕੇ ਘਰ ਰੋਟੀ ਪਾਣੀ ਖਾਓ ਵਚਨ ਸੁਣੋ ਰੱਬ ਦਾ ਸਤਿਕਾਰ ਕਰੋ ਮਾਪਿਆਂ ਦਾ ਸਤਿਕਾਰ ਕਰੋ ਆਪਣੇ ਬੀਵੀ ਬੱਚਿਆਂ ਦਾ ਸਤਿਕਾਰ ਕਰੋ ਆਪਣੇ ਭਾਈਚਾਰੇ ਦਾ ਸਤਿਕਾਰ ਕਰੋ ਅਤੇ ਹੋਰ ਭਾਈਚਾਰੇ ਦਾ ਵੀ ਸਤਿਕਾਰ ਕਰੋ ਤੁਸੀਂ ਕ੍ਰਿਸਚਨ ਦੇ ਬਾਰੇ ਖਿਲਾਫ਼ ਕਰਦੇ ਹਾਂ ਕਿਉਂ ਭੇਜਦੇ ਫਿਰ ਬਾਹਰ ਕਾਲਜਸ ਦੇ ਵਿੱਚ ਕ੍ਰਿਸਚਨ ਕਮਿਊਨਿਟੀ ਉਧਰ ਚਰਚ ਮੇ ਉਧਰ ਭੇਜਦੇ ਹਾਂ ਇੱਧਰ ਭੇਜਦੇ ਹਾਂ ਕਈ ਇੱਧਰ ਭੇਜਦੇ ਹਾਂ ਉੱਧਰ ਭੇਜਦੇ ਹਾਂ ਕਿਉਂ ਭੇਜਦੇ ਹਾਂ ਫਿਰ ਜੇ ਇਹਨਾਂ ਦੇ ਜੇ ਇਹਨਾਂ ਨੂੰ ਹੀ ਮੂੰਹ ਮਾਰਨਾ ਬਾਅਦ 'ਚ ਇਹਨਾਂ ਦੇ ਉੱਤੇ ਲੱਤ ਮਾਰਨੀ ਇਹਨਾਂ 'ਤੇ ਸਵਾਹ ਪਾਉਣੀ ਹੈ ਤਾਂ ਫਿਰ ਕਿਉਂ ਜਾਂਦੇ ਹੋ ਕ੍ਰਿਸਚਨ ਭਾਈਚਾਰੇ ਦੇ ਸਕੂਲ 'ਚ ਕਿਉਂ ਸਾਡੇ ਸਮਾਜ ਦੇ ਬੰਦਿਆਂ ਨੂੰ ਚਾਹੁੰਦੇ ਹੋ ਬੁੱਧੀ ਨਾਲ ਕੰਮ ਲਓ ਅਕਲ ਨਾਲ ਕੰਮ ਲਓ ਰੱਬ ਤੁਹਾਨੂੰ ਬਰਕਤ ਦੇਵੇ ਅਤੇ ਇਹੀ ਸੰਦੇਸ਼ ਹੈ ਸੁਧਰੋ ਸੁਧਾਰੋ ਬਸ ਸ਼ਰਮਦਾਸੇ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਜਮਸੀ ਦੀ ਔਰ ਜੇਕਰ ਤੁਸੀਂ ਸ਼ਰਮਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸ਼ਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਾਈਆਂ ਜਾਣ।